ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਆਪਣਾ ਨੇਮ ਅਤੇ ਡੈਜ਼ਿਗਨੇਸ਼ਨ ਦੱਸਿਓ। ਮੈਂ ਸਿਮਰਨਜੀਤ ਸਿੰਘ, ਸਪੋਰਟਸ ਅਫਸਰ ਗੁਰਦਾਸਪੁਰ। ਸਰ, ਕਹਿੰਦੇ ਨੇ ਕਿ ਜਿਹੜੀਆਂ ਖੇਡਾਂ ਆ ਜੀਵਨ ਦਾ ਅਨਿੱਖੜਵਾਂ ਅੰਗ ਹੈ, ਅਤੇ ਕੀ ਕਹਿਣਾ ਚਾਹੋਗੇ ਖੇਡਾਂ ਬਾਰੇ? ਖੇਡਾਂ ਸਮਾਜ ਦਾ, ਜੀਵਨ ਦਾ ਅਨਿੱਖੜਵਾਂ ਅੰਗ ਹੈ। ਸਭ ਤੋਂ ਪਹਿਲਾਂ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਗਵਰਨਮੈਂਟ ਆਫ ਪੰਜਾਬ ਵੱਲੋਂ ਜਿਹੜਾ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਸ਼ੁਰੂ ਕਰਵਾਇਆ ਗਿਆ ਹੈ, ਉਸ ਦੇ ਸੰਬੰਧ ਵਿੱਚ ਵਧਾਈਆਂ ਦਿੰਦਾ। ਕਿਉਂਕਿ ਬਲੋਕ ਪੱਧਰ ਦੀ ਖੇਡਾਂ ਦੇ ਵਿੱਚ ਕਾਫ਼ੀ ਜ਼ਿਆਦਾ ਪਾਰਟੀਸਪੇਸ਼ਨ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਹੋਈ ਹੈ। ਤਕਰੀਬਨ 21,574 ਐਂਟਰੀਆਂ ਸਾਡੇ ਕੋਲ ਹੋਈਆਂ ਨੇ, ਅਤੇ ਇਹ ਖਿਡਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਖਿਡਾਰੀ ਖੇਡਾਂ ਨਿਖੜਵਾਂ ਅੰਗ ਇਸ ਲਈ ਹਨ ਕਿਉਂਕਿ ਖਿਡਾਰੀਆਂ ਦਾ ਇਸ ਵਿੱਚ ਮੈਂਟਲੀ, ਫਿਜੀਕਲੀ ਹਰ ਤਰ੍ਹਾਂ ਦਾ ਡਿਵੈਲਪਮੈਂਟ ਹੁੰਦਾ ਹੈ। ਉਹਦਾ ਸਰੀਰਕ ਵਿਕਾਸ ਹੁੰਦਾ ਹੈ, ਮਾਨਸਿਕ ਵਿਕਾਸ ਹੁੰਦਾ ਹੈ, ਬੌਧਿਕ ਵਿਕਾਸ ਹੁੰਦਾ ਹੈ। ਖਿਡਾਰੀ ਇਹਦੇ ਵਿੱਚ ਪਰਫੈਕਟ ਹੋ ਕੇ ਆਪਣਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਡਿਸੀਜਨ ਲੈ ਸਕਦੇ ਆ ਵਧੀਆ ਤਰੀਕੇ ਦੇ ਨਾਲ, ਉਹ ਇੱਕ ਸਪੋਰਟਸ ਪਰਸਨ ਤੋਂ ਵਧੀਆ ਤਰੀਕੇ ਦੇ ਨਾਲ ਇਹ ਉਮੀਦ ਕਰਦੇ ਹਾਂ ਕਿ ਜਿਹੜੇ ਚੰਗੇ ਪਲੇਅਰ ਆ ਉਹ ਵਧੀਆ ਡਿਸੀਜਨ ਲੈਂਦੇ ਨੇ, ਅਤੇ ਵਧੀਆ ਹੀ ਆਪਣੀ ਗੇਮ ਨੂੰ ਅੱਗੇ ਜਾ ਕੇ ਓਲੰਪਿਕ ਲੈਵਲ ਦੇ ਵਿੱਚ ਆਪਣਾ ਪ੍ਰਦਰਸ਼ਨ ਵਧੀਆ ਜਾ ਕੇ ਕਰਦੇ। ਸਰ, ਗੁਰਦਾਸਪੁਰ ਸ਼ਹਿਰ ਵਿੱਚ ਡਿਸਟ੍ਰਿਕਟ ਲੈਵਲ ਦੀਆਂ ਖੇਡਾਂ ਹੋ ਰਹੀਆਂ ਨੇ, ਉਹ ਕਿਹੜੀ ਕਿਹੜੀ ਗੇਮਾਂ ਹੈਗੀਆਂ ਅਤੇ ਕਿਹੜਾ ਕਿਹੜਾ ਪਾਰਟੀਸਪੇਟ ਕਰ ਰਹੇ ਹੈਗੇ? ਗੁਰਦਾਸਪੁਰ ਵਿੱਚ ਅਥਲੈਟਿਕਸ, ਸੌਫਟਬਾਲ, ਸਵਿਮਿੰਗ, ਜੁਡੋ, ਹਾਕੀ, ਬੈਡਮਿੰਟਨ, ਵਾਲੀਬਾਲ, ਫੁੱਟਬਾਲ, ਹਾਕੀ, ਫੁੱਟ, ਹੈਂਡਬਾਲ, ਨੈੱਟਬਾਲ, ਵੇਟ ਲਿਫਟਿੰਗ, ਪਾਵਰ ਲਿਫਟਿੰਗ, ਸ਼ੂਟਿੰਗ, ਬਾਸਕਟਬਾਲ, ਕੁਸ਼ਤੀ, ਖੋ ਖੋ, ਕਬੱਡੀ, ਸਾਰੀਆਂ ਖੇਡਾਂ ਹੋ ਰਹੀਆਂ ਨੇ। ਜਿਸ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਹੁਣ ਨਵੀਂ ਗੇਮ ਇੱਕ ਐਡ ਕੀਤੀ ਹੈ, ਜਿਹੜੀਆਂ ਹੁਣ ਨਵੀਂ ਗੇਮਾਂ ਦੇ ਵਿੱਚ ਹੋ ਰਹੀਆਂ ਨੇ। ਚੈੱਸ ਗੇਮ ਇਸ ਵਾਰ ਫਸਟ ਟਾਈਮ ਹੋ ਰਹੀ ਹੈ, ਸਾਈਕਲਿੰਗ ਹੋ ਰਹੀ ਹੈ, ਉਹ ਡਿਸਟ੍ਰਿਕਟ ਗੇਮ ਦੇ ਵਿੱਚ ਨਹੀਂ ਹੈ, ਬਟ ਉਹਦੇ ਟ੍ਰਾਇਲ ਬੇਸਿਸ 'ਤੇ ਅਸੀਂ ਟ੍ਰਾਇਲ ਲੈ ਕੇ ਬੱਚਿਆਂ ਨੂੰ ਅੱਗੇ ਭੇਜ ਰਹੇ ਹਾਂ। ਟੇਬਲ ਟੈਨਿਸ ਹੁੰਦੀ ਹੈ, ਇਹਨਾਂ ਸਾਰੀਆਂ ਗੇਮਾਂ ਦੇ ਖੇਡਾਂ ਇੱਥੇ ਕਰਵਾਈਆਂ ਜਾ ਰਹੀਆਂ ਨੇ ਵੱਖ ਵੱਖ ਵੈਨਿਊਜ਼ 'ਤੇ, ਵੱਖ ਵੱਖ ਏਜ ਗਰੁੱਪਾਂ ਦੇ ਵਿੱਚ ਇਹ ਖੇਡਾਂ ਕਰਵਾਈਆਂ ਜਾਣਗੀਆਂ। ਜਿਹੜੀਆਂ ਗੇਮਾਂ ਨੇ ਭਾਰ ਵਰਗ ਦੇ ਅਕੋਰਡਿੰਗ ਚੱਲਦੀਆਂ ਨੇ, ਜੁਡੋ, ਬੌਕਸਿੰਗ, ਇਹਨਾਂ ਨੂੰ ਉਹਨਾਂ ਦੇ ਵੇਟ ਕੈਟਾਗਰੀ ਦੇ ਅਕੋਰਡਿੰਗ ਕੰਡਕਟ ਕਰਵਾਇਆ ਜਾਏਗਾ। ਕਿੰਨੀ ਸਰ ਉਮਰ ਕਿੰਨੀ ਹੋਣੀ ਚਾਹੀਦੀ ਹੈਗੀ ਹੈ ਕਿ ਓਪਨ ਹੈ ਗੇਮਾਂ? ਇਹ ਸਭ ਇਹਦੀ ਜਿਹੜੀ ਏਜ ਕੈਟਾਗਰੀ ਹੈ, ਅੰਡਰ 14, ਅੰਡਰ 17, ਅੰਡਰ 21 ਸਾਰੀਆਂ ਗੇਮਾਂ ਵਾਸਤੇ ਹੈ। ਬਾਕੀ ਸਪੈਸ਼ਲਾਈਜ਼ਡ ਗਵਰਨਮੈਂਟ ਆਫ ਪੰਜਾਬ ਖੇਡ ਵਿਭਾਗ ਵੱਲੋਂ ਇੱਕ ਸਪੈਸ਼ਲਾਈਜ਼ਡ ਕੈਲੰਡਰ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਵੱਖ ਵੱਖ ਗੇਮਾਂ ਦੇ ਵੱਖ ਵੱਖ ਈਵੈਂਟ ਸਾਨੂੰ ਆ ਚੁੱਕੇ ਨੇ, ਉਹਨਾਂ ਦੇ ਅਕੋਰਡਿੰਗ ਅਸੀਂ ਬੱਚਿਆਂ ਦੀਆਂ ਐਂਟਰੀਆਂ ਲੈ ਰਹੇ ਹਾਂ ਅਤੇ ਉਹਨਾਂ ਨੂੰ ਅੱਗੇ ਉਹ ਪਾਰਟੀਸਪੇਸ਼ਨ ਵਾਸਤੇ ਡਿਸਟ੍ਰਿਕਟ ਗੇਮਾਂ ਦੇ ਵਿੱਚ ਭਾਗ ਲੈ ਸਕਦੇ ਨੇ। ਸਰ, ਕਿਹੜੇ ਕਿਹੜੇ ਸਕੂਲ, ਸਾਰੇ ਸਕੂਲ ਗੁਰਦਾਸਪੁਰ ਸ਼ਹਿਰ ਦੇ ਪਾਰਟੀਸਪੇਟ ਕਰ ਰਹੇ ਆ ਜਾਂ ਪ੍ਰਾਈਵੇਟ, ਸਰਕਾਰੀ, ਕਿਸ ਤਰ੍ਹਾਂ ਸਰ? ਨਹੀਂ, ਇਸ ਇਹਨਾਂ ਖੇਡਾਂ ਵਿੱਚ ਹਰ ਤਰ੍ਹਾਂ ਦੇ ਸਕੂਲ ਪਾਰਟੀਸਪੇਟ ਕਰ ਸਕਦੇ ਆ ਜੀ। ਹਰ ਤਰ੍ਹਾਂ ਦਾ ਪਲੇਅਰ ਪਾਰਟੀਸਪੇਟ ਕਰ ਸਕਦਾ, ਜਿਹੜਾ ਬਲੋਕ ਲੈਵਲ ਖੇਡ ਚੁੱਕਾ ਹੈ ਉਹਦੀ ਪਹਿਲੀਆਂ ਦੋ ਪੁਜੀਸ਼ਨਾਂ ਨੇ, ਚਾਹੇ ਉਹ ਟੀਮ ਈਵੈਂਟ ਹੈ ਚਾਹੇ ਉਹ ਇੰਡੀਵਿਜੁਅਲ ਈਵੈਂਟ ਹੈ, ਉਹ ਦੋਵਾਂ ਦੇ ਵਿੱਚੋਂ ਪਹਿਲੇ ਦੋ ਪਲੇਅਰ ਪਾਰਟੀਸਪੇਟ ਕਰ ਸਕਦੇ ਨੇ, ਫਸਟ ਔਰ ਸੈਕਿੰਡ। ਡਿਸਟ੍ਰਿਕਟ ਗੇਮ ਦੇ ਵਿੱਚ ਜਿਹੜੇ ਬਲੋਕ ਲੈਵਲ ਤੋਂ ਸਿਲੈਕਟਡ ਟੀਮਾਂ ਦੇ ਪਲੇਅਰ ਨੇ ਉਹੀ ਪਾਰਟੀਸਪੇਟ ਕਰ ਸਕਦੇ ਨੇ। ਅਤੇ ਸਰ, ਕਦੋਂ ਤੋਂ ਹੋ ਰਹੀਆਂ ਅਤੇ ਕਿੰਨੀ ਤਰੀਕ ਤੱਕ ਚੱਲਣਗੀਆਂ? ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਹ ਜਿਹੜੀਆਂ ਖੇਡਾਂ ਨੇ 28 ਸਤੰਬਰ ਤੋਂ ਲੈ ਕੇ 5 ਅਕਤੂਬਰ ਦੇ ਦਰਮਿਆਨ ਕਰਵਾਈਆਂ ਜਾਣਗੀਆਂ, ਜਿਹੜੇ ਕਿ ਵੱਖ ਵੱਖ ਵੈਨਿਊਜ਼ 'ਤੇ ਕਰਵਾਈਆਂ ਜਾ ਰਹੀਆਂ ਹਨ। ਇਸ ਦਾ ਜਿਹੜਾ ਪ੍ਰਸ਼ਾਸਨ ਵੱਲੋਂ ਸਾਨੂੰ ਬਹੁਤ ਸਾਥ ਮਿਲ ਰਿਹਾ ਹੈ, ਡਿਪਟੀ ਕਮਿਸ਼ਨਰ ਸਾਹਿਬ ਜੀ ਵੱਲੋਂ ਸਾਨੂੰ ਬਹੁਤ ਜ਼ਿਆਦਾ ਸਾਥ ਮਿਲ ਰਿਹਾ, ਉਹਨਾਂ ਦੇ ਰਹਿਨਮਾਈ ਦੀ, ਉਹਨਾਂ ਦੀ ਅਗਵਾਈ ਹੇਠ, ਟਰੈਕਟਰ ਸਪੋਰਟ ਪੰਜਾਬ ਦੀ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਇਹ ਖੇਡਾਂ ਕਰਵਾ ਰਹੇ ਹਾਂ। ਸਰ, ਮੇਰਾ ਲਾਸਟ ਪ੍ਰਸ਼ਨ, ਜਿਹੜਾ ਅੱਜ ਦਾ ਪੰਜਾਬ ਹੈਗਾ ਉਹ ਨਸ਼ਿਆਂ ਵਿੱਚ ਡੁੱਬ ਰਿਹਾ ਹੈ, ਅਤੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ? ਮੈਂ ਤਾਂ ਨੌਜਵਾਨਾਂ ਨੂੰ ਅਤੇ ਸਾਰੇ ਪੰਜਾਬ ਵਾਸੀਆਂ ਨੂੰ ਇਹੀ ਅਪੀਲ ਕਰਦਾ ਹਾਂ ਕਿ ਜਿਹੜੀਆਂ ਖੇਡਾਂ ਹੁਣ ਬੱਚਿਆਂ ਨੂੰ ਇਹ ਖੇਡਾਂ 'ਚ ਵੱਧ ਤੋਂ ਵੱਧ ਪਾਰਟੀਸਪੇਟ ਕਰਵਾਓ। ਜਿਹੜੀਆਂ ਖੇਡਾਂ ਹੁਣ ਗਵਰਨਮੈਂਟ ਆਫ ਪੰਜਾਬ ਵੱਲੋਂ ਕੈਸ਼ ਅਵਾਰਡ ਵੀ ਕਾਫੀ ਜ਼ਿਆਦਾ ਵਧਾ ਦਿੱਤਾ ਗਿਆ ਹੈ, ਹੁਣ ਏਸ਼ੀਅਨ ਗੇਮਸ ਜਿਹੜੀਆਂ ਹੁਣ ਚੱਲ ਰਹੀਆਂ ਨੇ ਚਾਈਨਾ ਦੇ ਵਿੱਚ, ਉਹਦੇ ਵਿੱਚ ਜਿਹੜੇ ਸਿਲੈਕਟਡ ਪਲੇਅਰ ਹੋਏ ਸੀਗੇ ਉਹਨਾਂ ਨੂੰ ਟ੍ਰੇਨਿੰਗ ਕਰਨ ਵਾਸਤੇ, ਤਿਆਰੀ ਕਰਨ ਵਾਸਤੇ 8 ਲੱਖ ਰੁਪਇਆ ਦਿੱਤਾ ਗਿਆ ਸੀ ਹਰੇਕ ਪਲੇਅਰ ਨੂੰ। ਆਪਣੇ ਗੁਰਦਾਸਪੁਰ ਦੇ ਇੱਕ ਪਲੇਅਰ ਨੇ ਓਲੰਪੀਅਨ, ਉਹ ਓਲੰਪੀਅਨ ਵੀ ਨੇ, ਉਹਨਾਂ ਦੀ ਇਸ ਟਾਈਮ ਸਿਲੈਕਸ਼ਨ ਵੀ ਹੋ ਚੁੱਕੀ ਹੈ, ਉਹ ਇਸ ਟਾਈਮ ਪਲੇਇੰਗ ਦੇ ਜੁਡੋ ਗੇਮ ਦੇ ਅਵਤਾਰ ਸਿੰਘ ਓਲੰਪੀਅਨ ਦੇ ਨਾਂ 'ਤੇ ਜਾਣਿਆ ਜਾਂਦਾ ਹੈ, ਉਹਨਾਂ ਨੂੰ ਏਸ਼ੀਅਨ ਗੇਮਸ ਦੇ ਵਿੱਚ ਸਿਲੈਕਟਡ ਨੇ ਗੁਰਦਾਸਪੁਰ ਡਿਸਟ੍ਰਿਕਟ ਵੱਲੋਂ। ਅਸੀਂ ਇਹੀ ਤੁਹਾਨੂੰ ਸੁਨੇਹਾ ਦੇਣਾ ਚਾਹਾਂਗੇ ਕਿ ਪਲੇਅਰਸ ਅਤੇ ਖਿਡਾਰੀ ਜਿਹੜੇ ਵੀ ਹੈਗੇ ਆ, ਗਵਰਨਮੈਂਟ ਆਫ ਪੰਜਾਬ ਦੀਆਂ ਸਾਰੀਆਂ ਸਕੀਮਾਂ ਦਾ ਲਾਭ ਲੈਣ, ਜਿਹੜੀਆਂ ਖੇਡਾਂ ਦੇ ਪ੍ਰਤੀ ਬੱਚੇ ਵੱਧ ਤੋਂ ਵੱਧ ਹਿੱਸਾ ਲੈਣ ਤਾਂ ਜੀ ਉਹਨਾਂ ਦਾ ਫਿਊਚਰ ਸੇਫ ਹੋ ਸਕੇ। ਨਸ਼ਿਆਂ ਦੇ ਕਾਰਨ ਕਾਫੀ ਜ਼ਿਆਦਾ ਨੁਕਸਾਨ ਪੰਜਾਬ ਨੂੰ ਝੱਲਣਾ ਪਿਆ ਹੈ, ਸੋ ਮੈਂ ਤਾਂ ਵੱਧ ਤੋਂ ਵੱਧ ਇਹੀ ਕਹਿੰਦਾ ਕਿ ਖਿਡਾਰੀਆਂ ਖੇਡਾਂ ਪ੍ਰਤੀ ਵੱਧ ਤੋਂ ਵੱਧ ਸਕੂਲਾਂ ਦੇ ਵਿੱਚ ਵੀ ਜਾਗਰੂਕਤਾ ਪੈਦਾ ਹੋ ਸਕੇ। ਫਿਜੀਕਲ ਟੀਚਰ ਸਾਹਿਬਾਨਾਂ ਦਾ ਸਾਨੂੰ ਕਾਫੀ ਜੋ ਮਿਲ ਰਿਹਾ ਹੈ, ਐਜੂਕੇਸ਼ਨ ਡਿਪਾਰਟਮੈਂਟ ਦੇ ਟੀਚਰ ਸਾਹਿਬਾਨਾਂ ਦਾ ਕਾਫੀ ਸਾਨੂੰ ਸਹਾਰਾ ਮਿਲ ਰਿਹਾ ਹੈ, ਕਿਉਂਕਿ ਉਹ ਸਾਰੇ ਈਵੈਂਟ ਕੰਡਕਟ ਕਰਵਾਉਣ ਦੇ ਵਿੱਚ ਸਾਡਾ ਕਾਫੀ ਯੋਗਦਾਨ ਦੇ ਰਹੇ ਨੇ।
ਉਹਨਾਂ ਦਾ ਵੀ ਇਹ ਕਮਟਬੁੱਲਾ ਯੋਗਦਾਨ ਹੈ ਕਿ ਜੇ ਉਹ ਜੇਕਰ ਉਹ ਆਪਣੇ ਸਕੂਲਾਂ ਦੇ ਵਿੱਚ ਇੱਕ ਨਸ਼ਿਆਂ ਪ੍ਰਤੀ ਜਿਹੜੇ ਵੀ ਬਿਮਾਰੀ ਫੈਲੀ ਹੋਈ ਹੈ ਇਹਨਾਂ ਦੇ ਪ੍ਰਤੀ ਉਹ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਾਗਰੂਕ ਕਰਵਾਉਣ ਖੇਡਾਂ ਦੇ ਵਿੱਚ, ਤਾਂ ਹੀ ਬੱਚੇ ਅੱਗੇ ਆ ਸਕਦੇ ਨੇ ਜੇ ਉਹ ਸਕੂਲਾਂ ਦੇ ਵਿੱਚ ਉਹਨਾਂ ਨੂੰ ਮੋਟੀਵੇਟ ਕੀਤਾ ਜਾ ਸਕੇ। ਸੋ ਥੈਂਕ ਯੂ, ਬਹੁਤ ਬਹੁਤ ਧੰਨਵਾਦ ਸਰ।